ਸੋ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਆ ਵੀ ਅੱਜ ਆਪਾਂ ਬ੍ਰੈਂਪਟਨ ਪਹੁੰਚ ਗਏ ਹਾਂ ਸਵੇਰੇ 7 ਵਜੇ ਆ ਗਏ ਸੀਗੇ ਉਸ ਤੋਂ ਬਾਅਦ ਡਿਲੀਵਰੀ ਕੀਤੀ ਹੁਣ ਅਗਲਾ ਲੋਡ ਮਿਲਣਾ ਰਾਤ ਨੂੰ 10 ਵਜੇ ਸੋ ਮੈਂ ਵਿਹਲਾ ਸੀਗਾ ਟਰੱਕ ਖੜਾਇਆ ਯਾਰਡ ਦੇ ਵਿੱਚ ਮੈਂ ਕਿਹਾ ਚਲੋ ਇੱਕ ਵੀਡੀਓ ਬਣਾਉਂਦੇ ਹਾਂ ਤੇ ਤੁਹਾਨੂੰ ਦੱਸਦੇ ਆਂ ਵੀ ਆਪਾਂ ਕੈਨੇਡਾ ਦੇ ਵਿੱਚ ਟਰੱਕਿੰਗ ਦਾ ਕੰਮ ਕਿੱਦਾਂ ਲੱਭ ਸਕਦੇ ਆਂ ਕੰਮ ਦੇਖੋ ਵੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਘਟ ਗਿਆ ਟਰੱਕਿੰਗ ਦਾ ਕੰਮ ਤਾਂ ਬਿਲਕੁਲ ਸਲੋ ਆ ਜੇ ਮਿਲਦਾ ਵੀ ਆ ਵੀ ਕੰਪਨੀਆਂ ਬਹੁਤ ਘੱਟ ਪੈਸਿਆਂ ਤੇ ਰੱਖ ਰਹੀਆਂ ਬਟ ਚਲੋ ਮਿਲ ਜਾਂਦਾ ਔਖਾ ਸੌਖਾ ਚਾਹੇ ਤੁਸੀਂ ਨਵੇਂ ਆ ਚਾਹੇ ਪੁਰਾਣੇ ਆ ਮੈਂ ਵੀਡੀਓ 'ਚ ਦੱਸੂਗਾ ਵੀ ਆਪਾਂ ਕਿੱਦਾਂ ਕੰਮ ਲੱਭ ਸਕਦੇ ਆਂ ਤੇ ਮੈਂ ਕੈਨੇਡਾ ਦੇ ਵਿੱਚ ਕਿੱਦਾਂ ਕੰਮ ਲੱਭਿਆ ਟਰੱਕਿੰਗ ਦਾ ਮੈਂ ਦੇਖੋ ਬਈ ਦੋ ਜਗ੍ਹਾ ਕੰਮ ਕੀਤਾ ਪਹਿਲਾਂ ਮੈਂ ਬ੍ਰੈਂਪਟਨ ਦੀ ਕੰਪਨੀ 'ਚ ਕੰਮ ਕਰਦਾ ਸੀ ਫਿਰ ਮੈਂ ਹੁਣ ਸਸਕੈਚਵਨ ਦੇ ਵਿੱਚ ਕੰਮ ਕਰਦਾ ਠੀਕ ਆ ਸੋ ਮੈਂ ਕਿੱਦਾਂ ਕੰਮ ਲੱਭਿਆ ਤੇ ਤੁਸੀਂ ਕਿੱਦਾਂ ਕੰਮ ਲੱਭ ਸਕਦੇ ਆ ਸਾਰਾ ਕੁਝ ਵੀਡੀਓ ਦੇ ਵਿੱਚ ਦੱਸੂਗਾ ਤੇ ਮੈਂ ਕੁਝ ਕੁ ਕੰਪਨੀਆਂ ਦੇ ਨਾਮ ਦੱਸੂਗਾ ਜੋ ਰਜਾਈਨਾ ਦੇ ਵਿੱਚ ਆ ਤੇ ਸਸਕਟੂਨ ਦੇ ਵਿੱਚ ਆ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਪੁੱਛ ਸਕਦੇ ਆ ਕੰਮ ਕੰਮ ਬਾਰੇ ਤੇ ਕੁਝ ਕੁ ਕੰਪਨੀਆਂ ਮੈਂ ਬ੍ਰੈਂਪਟਨ ਦੀਆਂ ਵੀ ਦੱਸੂਗਾ ਠੀਕ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਕਰਦੇ ਆ ਵੀਡੀਓ ਨੂੰ ਸ਼ੁਰੂ ਸੋ ਹਾਂਜੀ ਮਿੱਤਰੋ ਟਰੱਕਿੰਗ ਦਾ ਕੰਮ ਅੱਜ ਕੱਲ੍ਹ ਸੱਚੀ ਕਹਿਣਾ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਲੋ ਆ ਤੇ ਗੱਲ ਕਰੀਏ ਬਈ ਅੱਜ ਕੱਲ੍ਹ ਹਰ ਕੋਈ ਟਰੱਕ ਦਾ ਹੀ ਲਾਇਸੈਂਸ ਬਣਾ ਰਿਹਾ ਮੇਰੀ ਕਲਾਸ ਦੇ ਵਿੱਚ ਬਈ ਜਿੰਨੇ ਮੁੰਡੇ ਸੀਗੇ ਸਾਰਿਆਂ ਟਰੱਕ ਦੇ ਲਾਇਸੈਂਸ ਬਣਾ ਲਏ ਇੱਕ ਦੋ ਨੂੰ ਛੱਡ ਕੇ ਉਹਨਾਂ ਨੇ ਹੀ ਮੈਨੂੰ ਲੱਗਦਾ ਹੌਲੀ ਹੌਲੀ ਲਾਇਸੈਂਸ ਬਣਾ ਲੈਣੇ ਨੇ ਮੇਰੇ ਪਿੰਡ ਦੇ ਬਈ ਸਾਰੇ ਟਰੱਕ ਚਲਾ ਰਹੇ ਨੇ ਹੋਰ ਵੀ ਜਿੰਨੇ ਲਿੰਕ ਦੇ ਵਿੱਚ ਆੜੀਆਂ ਆਪਣੇ ਜਾਂ ਤਾਂ ਉਹ ਟਰੱਕ ਚਲਾ ਰਹੇ ਆ ਜਾਂ ਲਾਇਸੈਂਸ ਬਣਾ ਰਹੇ ਆ ਜਿਹੜੇ ਸਟੱਡੀ ਕਰ ਰਹੇ ਆ ਉਹ ਵੀ ਕਹਿੰਦੇ ਸਟੱਡੀ ਬਾਅਦ ਟਰੱਕ ਹੀ ਚਲਾਉਣਾ ਮਤਲਬ ਬਈ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਉੱਪਰੋਂ ਚੱਲ ਰਿਹਾ ਰਿਸੈਸ਼ਨ ਤਾਂ ਕਰਕੇ ਥੋੜਾ ਜਿਹਾ ਕੰਮ ਘੱਟ ਮਿਲ ਰਿਹਾ ਮਿਲ ਜਾਂਦਾ ਐਡੀ ਵੀ ਕੋਈ ਚੱਕਰ ਨਹੀਂ ਬਾਕੀ ਬਈ ਕਿਸਮਤ ਵੀ ਹੁੰਦੀ ਆ ਜਿਨ੍ਹਾਂ ਨੂੰ ਛੇਤੀ ਮਿਲ ਜਾਂਦਾ ਕਈਆਂ ਨੂੰ ਲੇਟ ਵੀ ਮਿਲਦਾ ਤੇ ਗੱਲ ਕਰੀਏ ਵੀ ਅਰਸ਼ ਤੁਸੀਂ ਜਾਣਦੇ ਆ ਜਿਹੜਾ ਟੀਮਮੇਟ ਆਪਣਾ ਆਪਣੇ ਨਾਲ ਹੀ ਟਰੱਕ ਚਲਾਉਂਦਾ ਇਹ ਪਹਿਲੇ ਦਿਨ ਹੀ ਟਰੱਕ ਤੇ ਆ ਗਿਆ ਸੀਗਾ ਠੀਕ ਆ ਇੱਕ ਦਿਨ ਲਾਇਸੈਂਸ ਬਣਾ ਲਿਆ ਅਗਲੇ ਦਿਨ ਟਰੱਕ ਤੇ ਸੀਗਾ ਮੇਰੇ ਨਾਲ ਇਹਨੇ ਕਿੱਦਾਂ ਲੱਭਿਆ ਬਈ ਰੈਫਰੈਂਸ ਨਾਲ ਠੀਕ ਆ ਇਹਦਾ ਆੜੀ ਸੀਗਾ ਬਈ ਸਾਡੀ ਕੰਪਨੀ ਦੇ ਵਿੱਚ ਉਹਦੀ ਸੋਹਣੀ ਬਣੀ ਹੋਈ ਆ ਕੰਪਨੀ ਦੇ ਵਿੱਚ ਉਹਨੇ ਰੈਫਰੈਂਸ ਪਾਈ ਪਹਿਲੇ ਦਿਨ ਇਹ ਕੰਮ ਤੇ ਆ ਗਿਆ ਦੇਖ ਲਓ ਇਹਦੇ ਕੋਲ ਲਾਇਸੈਂਸ ਨਹੀਂ ਸੀਗਾ ਮੇਨ ਹੁੰਦਾ ਜਿਹੜਾ ਕਾਗਜ਼ ਤੇ ਹੀ ਸੀਗਾ ਉਹਦੇ ਨਾਲ ਹੀ ਇਹਨੇ ਟਰੱਕ ਚਲਾਇਆ ਪਹਿਲੇ 15-20 ਦਿਨ ਉਸ ਤੋਂ ਬਾਅਦ ਉਹ ਆਇਆ ਫਿਰ ਚਲਾਉਣ ਲੱਗ ਗਿਆ ਮਤਲਬ ਬਈ ਰੈਫਰੈਂਸ ਬਹੁਤ ਜ਼ਿਆਦਾ ਮੈਟਰ ਕਰਦੀ ਆ ਹੁਣ ਤੁਹਾਨੂੰ ਮੈਂ ਦੱਸਦਾ ਮੈਨੂੰ ਕਿੱਦਾਂ ਕੰਮ ਲੱਭਿਆ ਮੈਨੂੰ ਵੀ ਬਈ ਰੈਫਰੈਂਸ ਨਾਲ ਕੰਮ ਮਿਲਿਆ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਦੇਖਿਆ ਹੋਣਾ ਪਹਿਲੀਆਂ ਜਦੋਂ ਮੈਂ ਟਰੱਕ ਸ਼ੁਰੂ ਕੀਤਾ ਸੀ ਮੈਂ ਕੀਤਾ ਸੀ ਬਰਾੜ ਨਾਲ ਉਹੀ ਮੁੰਡੇ ਨੇ ਮੇਰੀ ਪਾਈ ਸੀਗੀ ਰੈਫਰੈਂਸ ਕੰਪਨੀ ਦੇ ਵਿੱਚ ਠੀਕ ਆ ਇਹ ਕਿੱਦਾਂ ਬਈ ਮੇਰਾ ਆੜੀ ਆ ਬਈ ਅੰਬਾ ਤੁਸੀਂ ਉਹਨੂੰ ਵੀ ਜਾਣਦੇ ਆ ਅੰਬੇ ਨੇ ਉਹਨੂੰ ਕਿਹਾ ਮੁੰਡੇ ਨੂੰ ਬਰਾੜ ਨੂੰ ਵੀ ਕੰਮ ਚਾਹੀਦਾ ਮੁੰਡੇ ਨੂੰ ਤੇ ਬਰਾੜ ਨੇ ਕੰਪਨੀ ਨੂੰ ਕਿਹਾ ਕੰਪਨੀ ਨੇ ਫਿਰ ਮੈਨੂੰ ਕੰਮ ਦੇਤਾ ਦੇਖ ਲਓ ਬਈ ਐਦਾਂ ਹੁੰਦਾ ਰੈਫਰੈਂਸ ਹੋਵੇ ਨਾ ਬੰਦੇ ਦੀ ਕੰਮ ਮਿਲ ਹੀ ਜਾਂਦਾ ਅੱਗੇ ਤੋਂ ਅੱਗੇ ਵੀ ਰੈਫਰੈਂਸ ਤਾਂ ਵੀ ਚੱਲ ਜਾਂਦੀ ਆ ਜੇ ਕੰਪਨੀ ਨੂੰ ਲੋੜ ਆ ਠੀਕ ਆ ਉਦੋਂ ਕੰਪਨੀ ਨੂੰ ਲੋੜ ਸੀਗੀ ਕੰਪਨੀ ਨੇ ਕਹਿਤਾ ਵੀ ਚਲੋ ਰੱਖ ਲੈਨੇ ਆ ਤੇ ਮੈਨੂੰ ਲੱਗਦਾ ਮੇਰਾ 5-6 ਦਿਨਾਂ ਬਾਅਦ ਮੈਂ ਕੰਮ ਤੇ ਚਲੇ ਗਿਆ ਸੀਗਾ ਤੇ ਉਦੋਂ ਬਾਅਦ ਮੈਂ ਬਰਾੜ ਨਾਲ ਵਧੀਆ ਕੰਮ ਕੀਤਾ ਸੋ ਰੈਫਰੈਂਸ ਬਈ ਬਹੁਤ ਜ਼ਿਆਦਾ ਮੈਟਰ ਕਰਦੀ ਆ ਜੇ ਰੈਫਰੈਂਸ ਹੈਗੀ ਆ ਤਾਂ ਹੀ ਕੰਮ ਮਿਲਦਾ ਠੀਕ ਆ ਤੇ ਅਗਲੀ ਗੱਲ ਕਰੀਏ ਅਗਲਾ ਕੰਮ ਮੈਨੂੰ ਸਸਕੈਚਵਨ ਦੇ ਵਿੱਚ ਕਿਵੇਂ ਮਿਲਿਆ ਠੀਕ ਆ ਸਸਕੈਚਵਨ ਦੀ ਕੰਪਨੀ ਹੈਗੀ ਆ ਡੈਂਟਰੋ ਜਿਹੜੀ ਦੇ ਵਿੱਚ ਮੈਂ ਕੰਮ ਕਰਦਾ ਮੈਨੂੰ ਪਹਿਲੇ ਦਿਨ ਹੀ ਕੰਮ ਮਿਲ ਗਿਆ ਸੀਗਾ ਠੀਕ ਆ ਪਹਿਲੇ 1-2 ਦਿਨ ਅਸੀਂ ਘੁੰਮੇ ਫਿਰੇ ਮੈਂ ਤੇ ਮੇਰਾ ਭਰਾ ਤੇ ਉਸ ਤੋਂ ਬਾਅਦ ਅਸੀਂ ਬਈ 1 ਦਿਨ ਪਹਿਲੇ ਦਿਨ ਹੀ ਅਸੀਂ ਸੋਚ ਰਹੇ ਵੀ ਸਾਰੀਆਂ ਕੰਪਨੀਆਂ ਦੇ ਵਿੱਚ ਘੁੰਮਣਾ ਠੀਕ ਆ ਸੋ ਬਈ ਬਹੁਤ ਵਧੀਆ ਟ੍ਰਿਕ ਆ ਇਹਨੂੰ ਯੂਜ਼ ਕਰਕੇ ਦੇਖਿਓ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਗੂਗਲ ਤੇ ਸਰਚ ਕੀਤਾ ਟਰੱਕਿੰਗ ਕੰਪਨੀਆਂ ਇਨ ਰਜਾਈਨਾ ਠੀਕ ਆ ਜਿੰਨੀਆਂ ਵੀ ਕੰਪਨੀਆਂ ਸੀ ਜੋ ਪੰਜਾਬੀਆਂ ਦੀ ਸੀਗੀਆਂ ਅਸੀਂ ਸੋਚ ਰਿਹਾ ਸੀ ਸੋਚਿਆ ਵੀ ਗੋਰਿਆਂ ਦੇ ਨਹੀਂ ਚੱਲੋ ਹਨਾ ਸਾਨੂੰ ਇਦਾਂ ਕਿਸੇ ਨੇ ਕਿਹਾ ਵੀ ਜਿਹੜੇ ਪੰਜਾਬੀ ਆ SINP ਜੋ ਵੀ ਹੁੰਦਾ ਉਹ ਸਾਰਾ ਕੁਝ ਪ੍ਰੋਵਾਈਡ ਕਰ ਦਿੰਦੇ ਆ ਸੋ ਅਸੀਂ ਸੋਚਿਆ ਵੀ ਚਲੋ ਜਿਹੜੀ ਮੇਨ ਜਿਹੀਆਂ ਕੰਪਨੀਆਂ ਪੰਜਾਬੀ ਜੇ ਨਾਮ ਉਹਨਾਂ ਦੇ ਚੱਲਦੇ ਆ ਸਾਰਿਆਂ ਦੇ ਪੁੱਛਦੇ ਆ ਠੀਕ ਆ ਸਾਰੀਆਂ ਕੰਪਨੀਆਂ ਦੇ ਗਿਆ ਬਈ ਸਸਕੈਚਵਨ ਦੇ ਵਿੱਚ ਰਜਾਈਨਾ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਸਾਰੀਆਂ ਦੇ ਗਿਆ ਸਵੇਰ ਤੋਂ ਸ਼ਾਮ ਤੱਕ ਮੈਂ ਭਰਾ ਨੂੰ ਕਹਿਤਾ ਬਈ ਜੇ ਮਿਲਣਾ ਹੋਇਆ ਕੰਮ ਅੱਜੇ ਮਿਲ ਜਾਣਾ ਜੇ ਨਹੀਂ ਮਿਲਣਾ ਤਾਂ ਨਹੀਂ ਮਿਲਣਾ ਠੀਕ ਆ ਸ਼ੁਰੂ ਕੀਤਾ ਠੀਕ ਆ ਦਨਾਲੀ ਕੰਪਨੀ ਦੇ ਗਏ ਬੱਬਰ ਕੰਪਨੀ ਦੇ ਗਏ ਹੋਰ ਵੀ ਆ ਸਾਰੀਆਂ ਆਈਲੋਡ ਕੰਪਨੀ ਮਤਲਬ ਜਿੰਨੀਆਂ ਵੀ ਨੇ ਨਾ ਸਾਰੀਆਂ ਦੇ ਗਏ ਸਾਰੀਆਂ ਨੇ ਹੀ ਮੈਨੂੰ ਕਹਿਤਾ ਸੀ ਦੱਸਾਂਗੇ ਤੇ ਇੱਕ ਮੈਨੂੰ ਲੱਗਦਾ ਬੱਬਰ ਕੰਪਨੀ ਉਹਨੇ ਮੈਨੂੰ ਕਿਹਾ ਵੀ ਕੱਲ ਨੂੰ ਆ ਜਾਇਓ ਸ਼ਾਮ ਨੂੰ 4 ਵਜੇ ਅਸੀਂ ਦੱਸਾਂਗੇ ਠੀਕ ਆ ਸੋ ਅਸੀਂ ਉਸ ਤੋਂ ਬਾਅਦ ਬਈ ਇੱਕ ਮੁੰਡੇ ਹੋਰ ਨੇ ਸਾਨੂੰ ਡੈਂਟਰੋ ਦਾ ਸਾਨੂੰ ਡੈਂਟਰੋ ਬਈ ਗੂਗਲ ਤੋਂ ਨਹੀਂ ਮਿਲੀ ਸੀਗੀ ਠੀਕ ਆ ਇਹ ਸਾਨੂੰ ਮੁੰਡੇ ਨੇ ਦੱਸਿਆ ਜੀ ਕਿਸੇ ਨੇ ਸੋ ਜਾਂਦੇ ਜਾਂਦੇ ਸਾਨੂੰ ਦਿਖੀ ਬਈ ਡੈਂਟਰੋ ਮੈਂ ਕਿਹਾ ਚੱਲ ਲਾ ਵੀ ਇਹਨੂੰ ਪੁੱਛ ਲੈਂਦੇ ਆ ਮੈਨੂੰ ਲੱਗਦਾ ਗੋਰਿਆਂ ਦੀ ਕੰਪਨੀ ਹੋਊ ਸੋ ਅਸੀਂ ਡੈਂਟਰੋ ਦੇ ਗਏ ਪਹਿਲਾ ਹੀ ਦਿਨ ਸੀਗਾ ਦੇਖ ਲਓ ਸਾਰੀਆਂ ਕੰਪਨੀਆਂ ਇੰਡਲੀ ਕੰਪਨੀ ਇਹ ਸੀਗੀ ਮੈਂ ਸੋਚਿਆ ਲਾ ਵੀ ਜੇ ਇਹਦੇ ਮਿਲ ਗਿਆ ਠੀਕ ਆ ਨਹੀਂ ਉਸ ਤੋਂ ਬਾਅਦ ਡਨ ਆਪਣਾ ਸੋ ਇਹਦੇ ਗਏ ਅਸੀਂ ਡੈਂਟਰੋ ਕੰਪਨੀ ਦੇ ਸੋ ਅੰਦਰ ਗਏ ਗੱਲ ਗੱਲ ਕੀਤੀ ਸੋ ਉਹਨਾਂ ਨੇ ਕਹਿਤਾ ਚਲੋ ਰੱਖ ਲੈਂਦੇ ਆ ਕੰਮ ਹਨਾ ਸੋ ਦੇਖ ਲਓ ਇਦਾਂ ਜਾ ਕੇ ਕੰਮ ਮਿਲਿਆ ਸਾਰੀਆਂ ਕੰਪਨੀਆਂ ਨੇ ਸਾਰੀਆਂ ਮੈਂ ਨਗਾਤੀਆਂ ਉਸ ਤੋਂ ਬਾਅਦ ਮੈਂ ਇੰਡ ਵਾਲੀ ਕੰਪਨੀ ਸੀ ਨਾ ਉਹਨੇ ਮੈਨੂੰ ਕੰਮ ਤੇ ਰੱਖ ਲਿਆ ਸੋ ਇਦਾਂ ਹੀ ਹੁੰਦਾ ਮੈਂ ਤਾਂ ਕਹਿੰਦਾ ਟਰਾਈ ਕਰੋ ਗੂਗਲ ਤੇ ਸਰਚ ਕਰੋ ਜਿੱਥੇ ਵੀ ਤੁਸੀਂ ਰਹਿੰਦੇ ਆ ਚਾਹੇ ਮਿਸਿਸ ਅੱਗਾ ਕਿਤੇ ਵੀ ਰਹਿੰਦੇ ਆ ਨਾ ਸੋ ਟਰਾਈ ਕਰੋ ਗੂਗਲ ਤੇ ਸਰਚ ਕਰੋ ਟਰੱਕਿੰਗ ਕੰਪਨੀ ਜਿੱਥੇ ਵੀ ਤੁਸੀਂ ਰਹਿੰਦੇ ਆ ਤੁਹਾਨੂੰ ਕੰਮ ਮਿਲੇ ਜਾਣਾ ਸੋ ਮੈਂ ਵੀ ਇਦਾਂ ਕੀਤਾ ਬਹੁਤ ਵਧੀਆ ਟ੍ਰਿਕ ਆ ਜੇ ਤੁਹਾਨੂੰ ਹੋਰ ਵੀ ਕੋਈ ਵੀ ਕੰਮ ਆ ਇਦਾਂ ਦੀ ਟਰੱਕਿੰਗ ਦਾ ਹੋਰ ਵੀ ਕੰਮ ਆ ਨਾ ਸਾਰੀ ਏਜੰਸੀਆਂ ਦੇ ਜਾਇਓ
ਠੀਕ ਆ ਬਈ ਐਦਾਂ ਕੰਮ ਮਿਲਦਾ ਰੈਫਰੈਂਸ ਵੀ ਮੈਟਰ ਕਰਦੀ ਹੈ ਤੇ ਸਾਰੀਆਂ ਕੰਪਨੀਆਂ ਤੇ ਜਾਓ ਜੇ ਤੁਹਾਡੇ ਕੋਲ ਰੈਫਰੈਂਸ ਨਹੀਂ ਹੈਗੀ ਰੈਫਰੈਂਸ ਪਾਉਣ ਤੋਂ ਬਈ ਡਰਦੇ ਨੇ ਲੋਕ ਠੀਕ ਆ ਹੁਣ ਚਲੋ ਮੈਂ ਆਪਣੀ ਐਗਜ਼ਾਮਪਲ ਦਿੰਦਾ ਜੇ ਮੈਂ ਕਿਸੇ ਨਵੇਂ ਬੰਦੇ ਦੀ ਰੈਫਰੈਂਸ ਪਾਉਣੀ ਆ ਜੇ ਉਹਨੇ ਕੁਝ ਕਰਤਾ ਤਾਂ ਮੇਰੇ ਜੁੰਮੇ ਆ ਜਾਣੀ ਗੱਲ ਹਨਾ ਤਾਂ ਕਰਕੇ ਬੰਦਾ ਥੋੜਾ ਜਿਹਾ ਡਰਦਾ ਹੁੰਦਾ ਆਪਾਂ ਤਾਂ ਪਾਈ ਆ ਬਈ ਬਹੁਤ ਜਾਣੇ ਮੈਂ ਆਪਣੀ ਕੰਪਨੀ ਦੇ ਵਿੱਚ ਲਵਾਇਆ ਹੁਣ ਵੀ ਮੈਂ ਸਟੋਰੀ ਪਾਈ ਸੀ 20 ਜਣਿਆਂ ਦੀ ਪਤਾ ਨਹੀਂ 20 ਜਣਿਆਂ ਚੋਂ ਕਿੰਨੇ ਜਣਿਆਂ ਨੇ ਮੈਸੇਜ ਕੀਤੇ ਕਿੰਨੇ ਜਣੇ ਸਾਡੀ ਕੰਪਨੀ ਰੱਖ ਲਏ ਸੋ ਇਦਾਂ ਹੀ ਕੰਮ ਮਿਲ ਜਾਂਦਾ ਠੀਕ ਆ ਸਾਰੀਆਂ ਕੰਪਨੀਆਂ ਦੇ ਜਾਈ ਜਾਓ ਤੁਹਾਨੂੰ ਕੰਮ ਮਿਲੇ ਜਾਣਾ ਬਾਕੀ ਗੱਲ ਕਰੀਏ ਬਈ ਸਕੈਚਮੈਨ ਦੀਆਂ ਕੰਪਨੀਆਂ ਦੇ ਵਿੱਚ ਸਕੈਚਮੈਨ ਦੇ ਵਿੱਚ ਕੰਪਨੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਡੈਂਟਰੋ ਮੇਰੇ ਵਾਲੀ ਰਜਾਈਨਾ ਦੇ ਵਿੱਚ ਉਸ ਤੋਂ ਬਾਅਦ ਬੱਬਰ ਹੈਗੀ ਆ ਦਨਾਲੀ ਹੈਗੀ ਆ ਆਈ ਲੋਡ ਹੈਗੀ ਆ ਇਹ ਕੈਨੇਡੀਅਨ ਲਾਈਨ ਹਾਲ ਹੈਗੀ ਆ ਮਤਲਬ ਬਹੁਤ ਕੰਪਨੀਆਂ ਠੀਕ ਆ ਗੂਗਲ ਤੇ ਸਰਚ ਕਰ ਲਿਓ ਇਹ ਸਾਰੀਆਂ ਕੰਪਨੀਆਂ ਨੇ ਇਹ ਸਾਰੀਆਂ ਐਸ ਆਈ ਐਨ ਪੀ ਦਿੰਦੀਆਂ ਬਾਕੀ ਬਈ ਮੈਨੂੰ ਪਤਾ ਨਹੀਂ ਕਿਹੜੀ ਦਿੰਦੀ ਹੈ ਜੋ ਵੀ ਆ ਸਾਡੀ ਡੈਂਟਰੋ ਕੰਪਨੀ ਇਹ ਵਾਲੀ ਐਸ ਆਈ ਐਨ ਪੀ ਦੇ ਦਿੰਦੀ ਆ ਠੀਕ ਆ ਸੋ ਤੁਸੀਂ ਸਾਰੀਆਂ ਟਰਾਈ ਕਰ ਲਿਓ ਕਿਸੇ ਨੇ ਰੱਖੇ ਲੈਣਾ ਕਈ ਕਹਿੰਦੇ ਆ ਬਈ ਅਸੀਂ ਤਾਂ ਹੀ ਆਉਣਾ ਜੇ ਸਾਨੂੰ ਕੋਈ ਕਾਲ ਦੇ ਉੱਤੇ ਕਹੂ ਵੀ ਆ ਜਾਓ ਬਈ ਰਜਾਈਨਾ ਦੇ ਵਿੱਚ ਅਸੀਂ ਰੱਖ ਲਾਂਗੇ ਤਾਂ ਹੀ ਅਸੀਂ ਮੂਵ ਹੋਣਾ ਬਈ ਇਦਾਂ ਥੋੜਾ ਜਿਹਾ ਦਿੱਕਤ ਆਉਂਦੀ ਆ ਕਿਉਂਕਿ ਜਦੋਂ ਮੈਂ ਆਉਣਾ ਸੀਗਾ ਮੈਂ ਵੀ ਇੱਕ ਦੋ ਕੰਪਨੀਆਂ ਨੂੰ ਫੋਨ ਕੀਤਾ ਸਾਰੀਆਂ ਨੇ ਕਹਿਤਾ ਆ ਜਾਓ ਜਦੋਂ ਅਸੀਂ ਆਏ ਉਹ ਕਹਿੰਦੇ ਅਸੀਂ ਦੱਸਾਂਗੇ ਸੋ ਇਦਾਂ ਨਹੀਂ ਹੁੰਦਾ ਕਾਲ ਦੇ ਉੱਤੇ ਬਈ ਥੋੜਾ ਜਿਹਾ ਔਖਾ ਕੰਮ ਮਿਲਦਾ ਠੀਕ ਆ ਟਰਾਈ ਕਰੋ ਉੱਥੇ ਜਾਓ ਕੰਮ ਮਿਲੇ ਜਾਣਾ ਬਾਕੀ ਬਈ ਕੰਮ ਮੈਨੂੰ ਕੰਪਨੀ ਨੇ ਪਹਿਲਾਂ ਹੀ ਦੇਤਾ ਸੀ ਤੇ ਮੈਂ ਲੱਗਿਆ 13ਵੇਂ ਦਿਨ ਸੀ ਮਤਲਬ ਪਹਿਲਾ ਟ੍ਰਿਪ ਸੀਗਾ ਨਾ ਟਰੱਕ ਦਾ ਉਹ ਮੈਨੂੰ 13ਵੇਂ ਦਿਨ ਮਿਲਿਆ ਸੀ ਪਹਿਲਾਂ ਡਾਕੂਮੈਂਟੇਸ਼ਨ ਹੋਈ ਨਾ ਕਾਫੀ ਕੁਝ ਹੋਣ ਤੇ ਬਾਅਦ ਫਿਰ ਮੈਨੂੰ ਇਹਨਾਂ ਨੇ ਕੰਮ ਰੱਖਿਆ ਸੀ ਸੋ ਹੁਣ ਇਦਾਂ ਨਾ ਕਹਿ ਦਿਓ ਬਾਈ ਤੈਨੂੰ ਉਦੋਂ ਤਾਂ ਵੀਡੀਓ ਬਣਾਈ ਸੀ 13 ਦਿਨ ਬਾਅਦ ਕੰਮ ਮਿਲਿਆ ਕੰਮ ਮੈਨੂੰ 13 ਦਿਨ ਬਾਅਦ ਹੀ ਗਿਆ ਸੀਗਾ ਬਟ ਰੱਖ ਮੈਨੂੰ ਪਹਿਲੇ ਦਿਨ ਲਿਆ ਸੀਗਾ ਉਹਨਾਂ ਨੇ ਕਹਿਤਾ ਸੀ ਜਦੋਂ ਡਾਕੂਮੈਂਟ ਕਰ ਲਓ ਮਿਲ ਜਾਊਗਾ ਕੰਮ ਹਨਾ ਜੋ ਵੀ ਸਿਸਟਮ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਵੀਡੀਓ ਦੇ ਵਿੱਚ ਠੀਕ ਆ ਤੇ ਹੁਣ ਗੱਲ ਕਰਦੇ ਆ ਵੀ ਸਸਕਾਟੂਨ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਪਨੀਆਂ ਮੈਂ ਜਦੋਂ ਬਾਈ ਆਉਣਾ ਸੀਗਾ ਮੈਨੂੰ ਖੈਰਾ ਕੰਪਨੀ ਨੇ ਪਹਿਲਾਂ ਜਦੋਂ ਮੈਂ ਬ੍ਰੈਂਟਨ ਤੋਂ ਸਕੈਚਵਨ ਦੇ ਵਿੱਚ ਮੂਵ ਹੋਣਾ ਸੀ ਪਹਿਲਾਂ ਮੈਂ ਆਉਣਾ ਸੀਗਾ ਸਸਕਾਟੂਨ ਦੇ ਵਿੱਚ ਸੋ ਮੈਂ ਖੈਰਾ ਕੰਪਨੀ ਨੂੰ ਕਾਲ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਆ ਜਾਓ ਸੋ ਖੈਰਾ ਕੰਪਨੀ ਦਾ ਜਿੰਨੇ ਹੀ ਮੈਂ ਰਿਵਿਊ ਸੁਣਿਆ ਵਧੀਆ ਹੀ ਸੁਣਿਆ ਨੇ ਠੀਕ ਆ ਅੱਜ ਤੱਕ ਜਿੰਨੇ ਵੀ ਬੰਦੇ ਲੱਗੇ ਨੇ ਸੋ ਵਧੀਆ ਬਾਈ ਖੈਰਾ ਕੰਪਨੀ ਹੈਗੀ ਆ ਉਸ ਤੋਂ ਬਾਅਦ ਹੈਗੀ ਆ ਪਹਿਲੀ ਹੈਗੀ ਆ ਖੈਰਾ ਕੰਪਨੀ ਉਸ ਤੋਂ ਬਾਅਦ ਹੈਗੀ ਆ ਬਾਜ ਉਸ ਤੋਂ ਬਾਅਦ ਹੈਗੀ ਆ ਆਲ ਡੇਸ ਟਰਾਂਸਪੋਰਟ ਠੀਕ ਆ ਮੈਨੂੰ ਤਿੰਨੇ ਕੰਪਨੀਆਂ ਦਾ ਪਤਾ ਹੋਰ ਵੀ ਤੁਸੀਂ ਸਰਚ ਕਰ ਲਿਓ ਬਹੁਤ ਕੰਪਨੀਆਂ ਸਸਕਾਟੂਨ ਦੇ ਵਿੱਚ ਠੀਕ ਆ ਸਸਕਾਟੂਨ ਬਾਈ ਰਜਾਈਨਾ ਤੋਂ ਵੀ ਬੜਾ ਠੀਕ ਆ ਕੰਮ ਕੰਮ ਮਿਲ ਜਾਂਦਾ ਬਾਈ ਰਹਿਣ ਨੂੰ ਵੀ ਵਧੀਆ ਜਗ੍ਹਾ ਸਨੋਅ ਵੀ ਬਹੁਤ ਜ਼ਿਆਦਾ ਪੈਂਦੀ ਆ ਉੱਥੇ ਠੀਕ ਆ ਕੋਈ ਚੱਕਰ ਨਹੀਂ ਬਾਕੀ ਟੈਨਸ਼ਨ ਵਾਲੀ ਗੱਲ ਨਹੀਂ ਕੰਮ ਮਿਲੇ ਜਾਂਦੇ ਨੇ ਤੇ ਗੱਲ ਕਰੀਏ ਮਿਸੀ ਸਾਗਾ ਦੇ ਵਿੱਚ ਜਾਂ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਹੈਗੀ ਆ ਬਾਈ ਡੀ ਸੰਸ ਉਹ ਵੀ ਨਵੇਂ ਬੰਦੇ ਰੱਖ ਲੈਂਦੀ ਆ ਬਟ ਅੱਜ ਕੱਲ ਉਹਨਾਂ ਕੋਲ ਵੀ ਬਾਈ ਬਹੁਤ ਜ਼ਿਆਦਾ ਕੰਮ ਘਟ ਗਿਆ ਵਾ ਪਤਾ ਨਹੀਂ ਕੰਮ ਘਟ ਗਿਆ ਪਤਾ ਨਹੀਂ ਬੰਦੇ ਜ਼ਿਆਦਾ ਹੋ ਗਏ ਤਾਂ ਕਰਕੇ ਉਹ ਵੀ ਰੱਖ ਰਹੀ ਬਾਕੀ ਤੁਸੀਂ ਟਰਾਈ ਕਰ ਸਕਦੇ ਆ ਡੀ ਸੰਸ ਕੰਪਨੀ ਦੇ ਉਹ ਹੈਗੀ ਅਲਵਰਟਾ ਦੀ ਕੰਪਨੀ ਆ ਵੈਸੇ ਚੱਲਦੀ ਆ ਬ੍ਰੈਂਪਟਨ ਤੋਂ ਤੇ ਅਗਲੀ ਗੱਲ ਕਰੀਏ ਬਾਈ ਇੱਕ ਹੈਗੀ ਵਿਪਨ ਕਟਾਰੀਆ ਬਾਈ ਪਹਿਲਾਂ ਕੰਪਨੀ 'ਚ ਕੰਮ ਕਰਦਾ ਸੀਗਾ ਠੀਕ ਆ ਮੈਨੂੰ ਨਹੀਂ ਪਤਾ ਕਿਹੜੀ ਕੰਪਨੀ ਆ ਜਦੋਂ ਮੈਂ ਲੱਗਣਾ ਸੀਗਾ ਉਹਨਾਂ ਨੇ ਮੈਨੂੰ ਰੱਖ ਲਿਆ ਸੀਗਾ ਉਹਨਾਂ ਨੇ ਮੈਨੂੰ ਉਦੋਂ ਲੱਗਿਆ ਵੀ ਮੈਂ ਪੀਆਰ ਨਹੀਂ ਹੋਣਾ ਤਾਂ ਕਰਕੇ ਮੈਂ ਸਸਕੈਚਮ ਨੂੰ ਮੂਵ ਹੋ ਗਿਆ ਸੀ ਬਾਈ ਮੈਨੂੰ ਨਹੀਂ ਪਤਾ ਇਸ ਟਾਈਮ ਉਹ ਕਿਹੜੀ ਕੰਪਨੀ ਦੇ ਵਿੱਚ ਵਿਪਨ ਕਟਾਰੀਆ ਤੁਹਾਨੂੰ ਪਤਾ ਹੀ ਹੈ ਜਿਹੜਾ ਬਲੌਗਰ ਉਹ ਕਿਹੜੀ ਕੰਪਨੀ 'ਚ ਪਹਿਲਾਂ ਵਾਲੀ ਕੰਪਨੀ ਜਿਹੜੀ 'ਚ ਕੰਮ ਕਰਦਾ ਸੀ ਨਾ ਉਹ ਵਾਲੀ ਕੰਪਨੀ ਮੈਂ ਰੱਖ ਲਿਆ ਸੀ ਉਹ ਵੀ ਬਾਈ ਵਧੀਆ ਕੰਪਨੀ ਠੀਕ ਆ ਉਹ ਭਾਲਦੀ ਹੈ 6 ਮਹੀਨੇ ਦਾ ਐਕਸਪੀਰੀਅੰਸ ਠੀਕ ਆ 6 ਮਹੀਨੇ ਦਾ ਐਕਸਪੀਰੀਅੰਸ ਤੁਹਾਨੂੰ ਉਹਨੇ ਕੰਮ ਰੱਖੇ ਲੈਣਾ ਮੈਨੂੰ ਵੀ ਉਹਨੇ ਰੱਖ ਲਿਆ ਸੀ ਬਟ ਮੈਨੂੰ ਇਦਾਂ ਹੋ ਗਿਆ ਵੀ ਚਲੋ ਪੀਆਰ ਹੋਣ ਲਈ ਆਪਾਂ ਸਕੈਚਮੈਨ ਮੂਵ ਹੋ ਜਾਂਦੇ ਠੀਕ ਆ ਤਾਂ ਕਰਕੇ ਉੱਥੇ ਚਲੇ ਗਏ ਤੇ ਬਾਈ ਵਿਨੀਪੈਗ ਦੇ ਵਿੱਚ ਵੀ ਬਹੁਤ ਕੰਪਨੀਆਂ ਠੀਕ ਆ ਫੋਰ ਟਰੈਕ ਹੈਗੀ ਆ ਤੁਹਾਨੂੰ ਪਤਾ ਕਰਨ ਚ ਕਾਮ ਵਾਲੀ ਉਹ ਵੀ ਵਧੀਆ ਕੰਪਨੀ ਆ ਤੇ ਫੋਰ ਟਰੈਕ ਆ ਨਾ ਜਿਹੜੀ ਕੰਪਨੀ ਇਹ ਬਾਈ ਰਜਾਈਨਾ ਦੇ ਵਿੱਚ ਵੀ ਆ ਗਈ ਠੀਕ ਆ ਉਹਨਾਂ ਦਾ ਜਾੜ ਜੋੜ ਜੋ ਵੀ ਹੁੰਦਾ ਐਸਏਐਨਪੀ ਵੀ ਪ੍ਰੋਵਾਈਡ ਕਰਦੀ ਆ ਉਹ ਵੀ ਬਾਈ ਬਹੁਤ ਬੰਦੇ ਰੱਖੇ ਨੇ ਅੱਜ ਕੱਲ ਪਤਾ ਨਹੀਂ ਰੱਖ ਰਹੀ ਆ ਜਾਂ ਨਹੀਂ ਤੁਸੀਂ ਫੋਰ ਟਰੈਕ ਦੀ ਵੀ ਟਰਾਈ ਕਰ ਸਕਦੇ ਆ ਠੀਕ ਆ ਸੁਣਿਆ ਵੀ ਐਸਏਐਨਪੀ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਬਾਈ ਫੋਰ ਟਰੈਕ ਹੋ ਗਈ ਤੇ ਉਸ ਤੋਂ ਬਾਅਦ ਬਾਈ ਮਜਾਇਲ ਕੰਪਨੀ ਜਿਹਦੇ ਵਿੱਚ ਮੈਂ ਕੰਮ ਕੀਤਾ ਪਹਿਲਾਂ ਠੀਕ ਆ ਉਹ ਵਿਨੀਪੈਗ ਦੀ ਕੰਪਨੀ ਆ ਵੈਸੇ ਚੱਲਦੀ ਬ੍ਰੈਂਪਟਨ ਤੋਂ ਵੀ ਆ ਵਿਨੀਪੈਗ ਤੋਂ ਵੀ ਆ ਤੁਸੀਂ ਉਹਦੇ ਵਿੱਚ ਵੀ ਸੋਚ ਸਕਦੇ ਆ ਠੀਕ ਆ ਸੋਚ ਕੀ ਉਹਨਾਂ ਕੋਲ ਬਾਈ ਟਰੱਕ ਥੋੜੇ ਹੀ ਨੇ ਜੇ ਰੱਖਣਾ ਹੋਇਆ ਰੱਖ ਵੀ ਸਕਦੇ ਨੇ ਬਾਕੀ ਡਿਪੈਂਡ ਕਰਦਾ ਠੀਕ ਆ ਮਜਾਇਲ ਕੰਪਨੀ ਸੋ ਸਾਰੀਆਂ ਕੰਪਨੀਆਂ ਤੁਹਾਨੂੰ ਮੈਂ ਨਾਮ ਦੱਸਤੇ ਬਾਕੀ ਬਾਈ ਟੈਨਸ਼ਨ ਵਾਲੀ ਗੱਲ ਨਹੀਂ ਚਾਹੇ ਨਵਾਂ ਲਾਇਸੈਂਸ ਆ ਪੁਰਾਣਾ ਜੇ ਮਿਲਣਾ ਹੋਇਆ ਕੰਪਨੀ ਰੱਖਣਾ ਹੋਇਆ ਰੱਖ ਲੈਣਾ ਨਵੇਂ ਨੂੰ ਵੀ ਰੱਖ ਲੈਣਾ ਸਾਡੀ ਕੰਪਨੀ ਵੀ ਰੱਖ ਲੈਂਦੀ ਆ ਵੈਸੇ ਉਹ ਕਹਿੰਦੀ ਹੁੰਦੀ ਐਕਸਪੀਰੀਅੰਸ ਚਾਹੀਦਾ ਜਦੋਂ ਉਹਨਾਂ ਨੂੰ ਲੋਡ ਹੈਗੀ ਆ ਫਿਰ ਉਹਨਾਂ ਨੇ ਨਵੇਂ ਨੂੰ ਹੀ ਰੱਖ ਲੈਣਾ ਜੇ ਲੋਡ ਨਹੀਂ ਹੈਗੀ ਫਿਰ ਪੁਰਾਣੇ ਨੂੰ ਵੀ ਨਾ ਕਰ ਦਿੰਦੇ ਆ ਠੀਕ ਆ ਬਾਕੀ ਖੇਡ ਆ ਬਈ ਕਿਸਮਤ ਦੀ ਦਾਣਾ ਪਾਣੀ ਦੀ ਜਿਹਨੇ ਜਿੱਥੇ ਕੰਮ ਕਰਨਾ ਸੀ ਦੇਖ ਲਓ ਉਰੇ ਮੈਂ ਮਿਸੀ ਜਗ੍ਹਾ ਕੰਮ ਕਰਨਾ ਸੀਗਾ ਉਸ ਤੋਂ ਬਾਅਦ ਮੈਂ ਸਸਕਾਟੂਨ ਚੱਲਿਆ ਸੀ ਉਸ ਤੋਂ ਬਾਅਦ ਰਜਾਈਨਾ ਦੇ ਵਿੱਚ ਡੈਂਟਰੋ ਦੇ ਵਿੱਚ ਕੰਮ ਕਰ ਰਿਹਾ ਜਿਹੜੀ ਕੰਪਨੀ ਦਾ ਮੈਨੂੰ ਪਤਾ ਵੀ ਨਹੀਂ ਸੀਗਾ ਦੇਖ ਲਓ ਇਦਾਂ ਹੁੰਦਾ ਠੀਕ ਆ ਕੰਮ ਬਾਈ ਘਬਰਾਉਣ ਦੀ ਕੋਈ ਗੱਲ ਨਹੀਂ ਮਿਲ ਜਾਣਾ ਹੌਲੀ ਹੌਲੀ ਹੋ ਜਾਣੇ ਠੀਕ ਬਾਕੀ ਹਰ ਕੋਈ ਯਾਰ ਲਾਇਸੈਂਸ ਬਣਾ ਰਿਹਾ ਵਾ ਵਧੀਆ ਚਲੋ ਗੁੱਡ ਆਪਾਂ ਕਿਹੜਾ ਕਿਸੇ ਨੂੰ ਡੀਮੋਟੀਵੇਟ ਕਰਦੇ ਆ ਵਧੀਆ ਬਣਾਓ ਕੰਮ ਲੱਭੋ ਮੈਂ ਤਾਂ ਕਹਿਣਾ ਬਾਬਾ ਜੀ ਸੁੱਖ ਰੱਖੇ ਸਾਰਿਆਂ ਨੂੰ ਕੰਮ ਮਿਲ ਜਾਵੇ ਠੀਕ ਆ ਬਾਕੀ ਹੋਰ ਵੀ ਕੰਮ ਬਾਈ ਸਾਰੇ ਚਾਹੇ ਏਜੰਸੀਆਂ ਦੇ ਵਿੱਚ ਜਾਓ ਹਨਾ ਸਾਰੀਆਂ ਏਜੰਸੀਆਂ ਦੇ ਚਲੇ ਜਾਓ ਜਿਹੜੀਆਂ ਜਿਹੜੀਆਂ